टाइम जो दिक्कत आई हैं और वैसे किस तरह दिया प्रॉब्लम आती है, बिकॉज जनरली जब कोई चंगा काम करता है, एनजीओ काम करते हैं, तो एक यू नो सवाल चुके आंदा है क्यों कर रहे हैं, कॉर्पोरेट अपना अपने मुनाफे लिए कर रहे हैं, अपनी इमेज लिए कर रहे हैं, सिर्फ खाना पूर्ति कर रहे हैं। कतर एयरवेज ने साडिया दो शिपमेंटा फ्री डिलीवर कीतिया इंडिया नु। ओके, स्पाइस जेट इंडिया ने साडे तो ठोक के पैसे ले, फिर साडा माल रोक लिया दिल्ली, कस्टम ने क्लियर करता, स्पाइस जेट ने क्लियर नहीं किया। जब मुख्यमंत्री का कॉल आया तो तुसी ऑक्सीजन कॉन्सेंट्रेटर अरेंज किए, सो एंड कितना डिफिकल्ट प्रोसेस ही किस तरह सारा पूरा होया? जदों तुहाडा मुख्यमंत्री तुहाडा सीएम कवे दैट सिचुएशन खराब है, दैट मीन सिचुएशन खराब है, एट दैट पॉइंट यू हैव टू देन से असी की कर सकते, व्हाट कैन वी डू टू हेल्प। इंडिया विच बाहर दे लोग खास करके बिजनेस करन आंदे, इन्नी सौख नहीं मिलती, तुसी भारत विच बिजनेस भी करन आंदे होगे तो कदी इहो जी सौख मिली है पहला भी? जे इफ ब्रिटिश एयरवेज कैन डू इट, वर्जिन कैन डू इट, एयर इंडिया डिड इट, स्पाइस जेट नु की होया सी, चलो तुसी पैसे लेने आ ले लो कोई प्रॉब्लम नहीं, पर तुसी समान ता ना रोको। असी हेट क्राइम भी देखते हैं, सिखा विरुद्ध क्राइम की गल सुनते हैं, तो वह तुम कभी फेस करनी पी? क्राउन जरा ना ये दस्तार जी, यू हैव टू बी प्राउड ऑफ दैट वन यू आर वर्किंग इन सोसाइटी, तो बड़ा सच ए प्रिवलेज टू हैव अ दस्तार, यू आर ब्लेस्ड टू हैव दैट। ਤੁਹਾਨੂੰ ਕੋਈ ਦਿੱਕਤਾਂ ਆਈਆਂ ਹੋਗੀਆਂ ਐਂਡ ਹਾਊ ਤੁਸੀਂ ਉਹਨਾਂ ਨੂੰ ਓਵਰਕਮ ਕਿੱਦਾਂ ਕੀਤਾ, ਉਹ ਸਟਰੈਂਥ ਕਿੱਥੋਂ ਆਈ ਕਿ ਅਨਸ਼ੋਰ ਕਦੇ ਨਾ ਕਦੇ ਹਾਰ ਮਿਲਦੀ ਹੈਗੀ, ਹਾਰ ਦਾ ਸਾਹਮਣਾ ਕਰਨਾ ਪੈਂਦਾ ਸਭ ਨੂੰ? ਵੈਰੀ ਡਿਫੀਕਲਟ ਟਾਸਕ, ਬਿਕੋਜ਼ ਜਿਹੜੀਆਂ ਪਹਿਲਾਂ ਅਸੀਂ ਮਸ਼ੀਨਾਂ ਸਿਕਿਓਰ ਕੀਤੀਆਂ ਸੀਗੀਆਂ ਉਹ ਚਾਈਨੀਜ਼ ਗਵਰਨਮੈਂਟ ਨੇ ਫੈਕਟਰੀ 'ਚੋਂ ਸੀਜ਼ ਕਰ ਲਈਆਂ ਸੀ, ਬਿਕੋਜ਼ ਉਹ ਦੇ ਟੁੱਕ ਇਟ ਇਨ ਟੂ ਦ ਗਵਰਨਮੈਂਟ ਕੋਰਟ। ਅੱਛਾ, ਫਿਰ ਸਾਨੂੰ ਦੁਬਾਰਾ ਮਸ਼ੀਨਾਂ ਲੋਕੇਟ ਕਰਕੇ ਫਿਰ ਪ੍ਰਾਈਸ ਮਸ਼ੀਨਾਂ ਦੀ ਉੱਤੇ ਜਾ ਰਹੀ ਸੀਗੀ, ਇਟ ਕੀਪ ਔਨ ਗੋਇੰਗ ਅਪ, ਜਿਹੜੀ $400 ਦੀ ਮਸ਼ੀਨ ਸੀ ਹੁਣ $800 ਦੀ, $800 ਤੋਂ $1200 ਦੀ ਉੱਥੇ ਮਿਲਣ ਲੱਗ ਪਈ ਸੀਗੀ। ਸਤਿ ਸ਼੍ਰੀ ਅਕਾਲ ਜੀ, ਜਦ ਦੂਰ ਬੈਠੇ ਪੰਜਾਬੀ ਇਸ ਕੋਵਿਡ ਦੀ ਮਹਾਂਮਾਰੀ ਵਿੱਚ ਸਾਡੇ ਕੰਮ ਆਉਂਦੇ ਨੇ, ਪੰਜਾਬ ਦੀ ਦੁੱਖ ਨੂੰ ਸਮਝਦੇ ਨੇ ਅਤੇ ਮਦਦ ਕਰਦੇ ਨੇ ਤਾਂ ਬਹੁਤ ਵਧੀਆ ਲੱਗਦਾ ਹੈਗਾ। ਅੱਜ ਸਾਨੂੰ ਅਸੀਂ ਐਸੇ ਪੰਜਾਬੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਪੱਲੇ ਵੱਡੇ ਹੋਏ ਵਿਦੇਸ਼ਾਂ ਵਿੱਚ ਨੇ ਔਰ ਵਿਦੇਸ਼ਾਂ ਵਿੱਚ ਉਹਨਾਂ ਨੇ ਮਾਣ ਕਮਾਇਆ ਹੈ, ਪੈਸਾ ਕਮਾਇਆ ਹੈ, ਪਰ ਦਿਲ ਅਜੇ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ। ਪੀਟਰ ਵਿਰਦੀ ਜੀ ਜਾਂ ਪ੍ਰੋਫੈਸਰ ਵਿਰਦੀ ਸਾਡੇ ਨਾਲ ਜੁੜੇ ਨੇ ਲੰਡਨ ਤੋਂ। ਸਤਿ ਸ਼੍ਰੀ ਅਕਾਲ ਪੀਟਰ ਜੀ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸੋ ਯੂ ਨੋ ਹਾਲ ਵਿੱਚ ਅਸੀਂ ਦੇਖਿਆ ਕਿ ਭਾਰਤ ਵਿੱਚ ਕਿੰਨੀ ਆਕਸੀਜਨ ਦੀ ਸ਼ੋਰਟੇਜ ਹੋ ਰਹੀ ਸੀ ਅਤੇ ਪੰਜਾਬ 'ਚ ਜਦ ਇਹੋ ਜਿਹੀਆਂ ਖਬਰਾਂ ਆਉਣ ਲੱਗੀਆਂ ਅਤੇ ਨਾਲ ਨਾਲ ਪਤਾ ਚੱਲਿਆ ਕਿ ਮੁੱਖ ਮੰਤਰੀ ਦੀ ਇੱਕ ਕਾਲ ਗਈ ਅਤੇ ਪੀਟਰ ਵਿਰਦੀ ਜੀ ਨੇ ਫਟਾਫਟ ਪੰਜਾਬ ਵਾਸਤੇ ਆਕਸੀਜਨ ਕੋਨਸਨਟ੍ਰੇਟਰ ਭੇਜਣੇ ਸ਼ੁਰੂ ਕਰ ਦਿੱਤੇ। ਤੁਸੀਂ ਪੰਜਾਬ ਵਾਸਤੇ ਅਜੇ ਵੀ ਇੰਨਾ ਦਿਲ ਕਿੱਦਾਂ ਵੱਡਾ ਰੱਖਿਆ ਹੋਇਆ? ਦੇਖੋ ਜੀ, ਮੇਰੀ ਜਨਮ ਭੂਮੀ ਤਾਂ ਇੰਗਲੈਂਡ ਦੀ ਆ, ਬੋਰਨ ਐਂਡ ਬ੍ਰੈਡ ਇਨ ਇੰਗਲੈਂਡ, ਫਰੋਮ ਅ ਵੈਰੀ ਯੰਗ ਏਜ ਫਰੋਮ ਮਾਈ ਰੂਟਸ ਉਹ ਪੰਜਾਬ ਦੇ ਨੇ, ਤੇ ਅਸੀਂ ਭਾਰਤ ਨੂੰ ਬਿਲੋਂਗ ਕਰਦੇ ਹਾਂ, ਤੇ ਜਦੋਂ ਇਹੋ ਜੀ ਮੁਸੀਬਤ ਹੋਵੇ, ਆਈ ਥਿੰਕ ਐਵਰੀ ਸਿਟੀਜ਼ਨ, ਐਵਰੀ ਇੰਡੀਅਨ, ਐਵਰੀ ਪੰਜਾਬੀ ਹੈਜ਼ ਅ ਡਿਊਟੀ ਟੂ ਸਟੈਪ ਅਪ ਟੂ ਦ ਮਾਰਕ। ਯੂ ਨੋ ਪੀਟਰ, ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਜਦ ਪੈਸਾ ਇੰਨਾ ਜ਼ਿਆਦਾ ਆ ਜਾਂਦਾ ਹੈ ਲੋਕ ਉਹ ਦਿਲ ਛੋਟਾ ਹੋ ਜਾਂਦਾ ਹੈਗਾ, ਪਰ ਤੁਹਾਡੇ ਵਿੱਚ ਇਹ ਕਿਸ ਤਰ੍ਹਾਂ ਰਿਹਾ? ਬਿਕੋਜ਼ ਤੁਸੀਂ ਪੰਜਾਬ ਦੀ ਨਜ਼ਰਾਂ ਤੋਂ ਦੇਖੀਏ ਤਾਂ ਪੰਜਾਬ ਦੇ ਬਿਲ ਗੇਟਸ ਮੰਨੇ ਜਾਂਦੇ ਹੋ, ਸੋ ਇਹ ਜਿਹੜੀ ਪ੍ਰਥਾ ਇਹ ਕਿੱਥੋਂ ਰਹੀ ਕਿ ਹਾਂ ਚੈਰਿਟੀ ਕਰਨੀ? ਬਿਕੋਜ਼ ਮੈਂ ਜਦੋਂ ਤੁਹਾਡੇ ਬਾਰੇ ਪੜ੍ਹ ਰਹੀ ਸੀ, ਇਹ ਨਹੀਂ ਕਿ ਅੱਜ ਪੰਜਾਬ ਦੀ ਲੋੜ ਪਈ, ਤੁਸੀਂ ਅਫਰੀਕਾ ਵਿੱਚ ਕੰਮ ਕੀਤਾ, ਲੰਡਨ ਵਿੱਚ ਤੁਹਾਡਾ ਕਾਫੀ ਯੋਗਦਾਨ ਹੈਗਾ, ਸੋ ਇੱਕ ਆਦਤ ਕਦ ਦੀ ਪਈ ਹੋਈ ਹੈ? ਤੁਸੀਂ ਕਿਹਾ ਜਦੋਂ ਪੈਸੇ ਜ਼ਿਆਦਾ ਆ ਜਾਂਦੇ ਦਿਲ ਥੋੜਾ ਹੋ ਜਾਂਦਾ, ਇਹਦਾ ਮਤਲਬ ਹਲੇ ਸਾਡੇ ਕੋਲ ਪੈਸੇ ਨਹੀਂ ਆਏ, ਜਦੋਂ ਆਉਣਗੇ ਉਦੋਂ ਦਿਲ ਥੋੜਾ ਹੋ ਜਾਏਗਾ। ਸੋ ਅਜੇ ਜਿਹੜਾ ਪੰਜਾਬ ਦਾ ਬਿਲ ਗੇਟਸ ਹੈ ਉਹਨੂੰ ਵੀ ਲੱਗ ਰਿਹਾ ਹੈਗਾ ਜੇ ਅਜੇ ਪੈਸੇ ਦੀ ਘਾਟ ਹੈ ਤਾਂ ਫਿਰ ਸਾਡਾ ਕੀ ਬਣੇਗਾ?
ਦੇਖੋ ਜੀ ਪੰਜਾਬ ਦਾ ਬਿਲ ਗੇਟਸ ਨਾਲ ਸਤੋ ਦਾ ਡਿਵੋਰਸ ਹੋਣ ਵਾਲਾ ਸਾਡੀ ਮੈਰਿਜ ਲਈ ਸਹੀ ਸਲਾਮਤ ਆ ਬਟ ਨੋ ਆਈ ਅਪਰੀਸ਼ੀਏਟ ਦੈਟ ਥੈਂਕ ਯੂ ਦੇਖੋ ਇਹ ਤਾਂ ਜਿਹੜੀ ਸੇਵਾ ਵਾ ਇੱਕ ਬਖਸ਼ਿਸ਼ ਆ ਇਹ ਮਾਲਕ ਦੀ ਬਖਸ਼ਿਸ਼ ਆ ਇਟ ਇਜ਼ ਅ ਬਲੈਸਿੰਗ ਫਰੋਮ ਗੋਡ ਗੱਲ ਦਿਲ ਵੱਡੇ ਦੀ ਛੋਟੇ ਦੀ ਨਹੀਂ ਆਈ ਡੋਂਟ ਥਿੰਕ ਦੈਟਸ ਦ ਕੇਸ ਗੱਲ ਜਿੱਥੇ ਆ ਇਟਸ ਮੇਨਲੀ you are blessed in doing seva ek blessing hai ek malik vallon tuhanu ek bakhshish hai te tade hatthon seva hai honi hai ich koi kise bande da control nahi hunda that main karni hai ya main I would like to do it jadon I am a firm believer jadon malik da hukm hove odon hi tade hatthon seva honi hai otherwise to see jo marzi zor la lo jinna marzi tade to paisa hove that doesn't make a difference it's an absolute blessing to be doing seva ab so us waqt kidda laga jab mukhyamantri da call aaya te tusi oxygen concentrator arrange kite so and kinna difficult process si kis tarah sara pura hoya captain saab da he's very dear to me he's a very dear friend and I called main unna nu kita si phone that ਇੱਕ ਤਾਂ ਉਹਨਾਂ ਦਾ ਹਾਲ ਚਾਲ ਪੁੱਛਣ ਨੂੰ ਅਤੇ ਇੱਕ ਜਸਟ ਗੈਟ ਐਨ ਅਪਡੇਟ ਔਨ ਪੰਜਾਬ ਕੀ ਹੋ ਰਿਹਾ ਅਤੇ ਕੀ ਸਿਚੁਏਸ਼ਨ ਹੈ ਪੰਜਾਬ ਦਾ ਅਤੇ ਉਹਨਾਂ ਨੇ ਮੈਨੂੰ ਦੱਸਿਆ ਦੈਟ ਸਿਚੁਏਸ਼ਨ ਇਜ਼ ਵੈਰੀ ਬੈਡ ਐਂਡ ਆਈ ਦੈਨ ਸੈਡ ਆਈਵ ਨੈਵਰ ਹਰਡ ਹਿਮ ਸੇ ਦੈਟ ਮੈਂ ਕਦੀ ਨਹੀਂ ਇਨ ਦ ਟਾਈਮ ਆਫ ਨੋਨ ਹਿਮ ਆਈਵ ਨੈਵਰ ਹਰਡ ਹਿਮ ਸੇ ਸਿਚੁਏਸ਼ਨ ਇੰਨਾ ਖਰਾਬ ਹੈ ਐਂਡ ਫੋਰ ਹਿਮ ਟੂ ਸੇ ਦੈਟ ਉਹ ਬਹੁਤ ਵੱਡੀ ਗੱਲ ਹੈ ਬਿਕੋਜ਼ ਹੀ ਹੈਜ਼ ਅ ਵੈਰੀ ਸਟਰੋਂਗ ਹਾਰਟ ਅਤੇ ਜਦੋਂ ਤੁਹਾਡਾ ਮੁੱਖ ਮੰਤਰੀ ਤੁਹਾਡਾ CM ਕਵੇ ਦੈਟ ਸਿਚੁਏਸ਼ਨ ਖਰਾਬ ਹੈ ਦੈਟ ਮੀਨਸ ਸਿਚੁਏਸ਼ਨ ਖਰਾਬ ਹੈ ਐਟ ਦੈਟ ਪੁਆਇੰਟ ਯੂ ਹੈਵ ਟੂ ਦੈਨ ਸੇ ਅਸੀਂ ਕੀ ਕਰ ਸਕਦੇ ਵਟ ਕੈਨ ਵੀ ਡੂ ਟੂ ਹੈਲਪ ਠੀਕ ਅਤੇ ਉਹਨਾਂ ਨੇ ਕਿਹਾ ਦੇਖੋ ਜੇ ਕੌਨਸਨਟਰੇਟਰ ਮਿਲਦੇ ਆ ਜੋ ਆਕਸੀਜਨ ਦਾ ਬੰਦੋਬਸਤ ਹੁੰਦਾ ਇਹ ਪਲੀਜ਼ ਕਰਕੇ ਤੁਸੀਂ ਦਿਓ ਆਈ ਸੈਡ ਲੀਵ ਇਟ ਟੂ ਅਸ ਮੈਂ ਕੁਛ ਕਰਦਾ ਆਈ ਦੈਨ ਕੋਲਡ ਮਾਈ ਆਫਿਸ ਇਨ ਚਾਈਨਾ ਆਪਣੇ ਮਿੱਤਰ ਨੇ ਬਹੁਤ ਬ੍ਰਦਰ ਹੀ ਆ ਗਿੱਪੀ ਗਰੇਵਾਲ ਉਹਨਾਂ ਦਾ ਬ੍ਰਦਰ ਸਿੱਪੀ ਗਰੇਵਾਲ ਆਸਟ੍ਰੇਲੀਆ 'ਚ ਹੁੰਦੇ ਨੇ ਉਹਨਾਂ ਦਾ ਚਾਈਨਾ ਦੇ ਵਿੱਚ ਉਹਨਾਂ ਨੇ ਲਿੰਕ ਲੱਭ ਕੇ ਦਿੱਤਾ ਥਰੂ ਦੇ ਨੈਟਵਰਕ ਅਤੇ ਉਹਨਾਂ ਨੇ ਫਿਰ ਉੱਥੋਂ ਅਸੀਂ ਸ਼ੁਰੂ ਕੀਤਾ ਮਸ਼ੀਨਾਂ ਸਿਕਿਓਰ ਕਰਨੀਆਂ ਐਂਡ ਇਟ ਬਿਕੇਮ a very difficult task because jehdiyan pehlo assi machinas secure kitiyan sigiyan oh chinese government ne factory chon seize kar liyan si because oh, they took it into the government quota acha phir sanu dobara machinas locate karke phir price machinas di utte jari sigi it keep on going up jehdi $400 di machine si hun $800 di $800 to $1200 di utte milan lag pi sigi so it became very challenging because you have to honor the price ਠੀਕ luckily sadi relationship ਦੇ ਨਾਲ china ਦੇ ਵਿੱਚ ਜਿਹੜੀ price ਉਹਨਾਂ ਨੇ ਸਾਡੇ ਨਾਲ commit ਕੀਤੀ ਸੀਗੀ ਉਹੀ ਸਾਡੇ ਪਾਰਟਨਰਾਂ ਨੇ ਉੱਥੇ ਸਾਨੂੰ deliver ਕਰਕੇ ਦਿੱਤੀ to our office in china ਸੋ ਮੈਂ ਤਾਂ ਦੇਖਿਆ ਤੁਹਾਡੇ ਵੱਲੋਂ ਜੋ ਮਸ਼ੀਨਾਂ ਰੇਜ਼ ਕੀਤੀਆਂ ਗਈਆਂ ਉਹ ਵੱਡੀਆਂ ਕੁਆਲਿਟੀ ਦੀਆਂ ਹੈਗੀਆਂ ਛੋਟੇ ਕੌਨਸਨਟਰੇਟਰ ਨੇ 10-10 ਲੀਟਰ ਦੇ ਕੌਨਸਨਟਰੇਟਰਸ ਹੈਗੇ ਨੇ ਜੋ ਹੁਣ ਪਿੰਡਾਂ ਵਿੱਚ ਵੀ ਪਹੁੰਚਾਏ ਜਾ ਰਹੇ ਨੇ ਤਾਂ ਕਿ ਡਿਸਪੈਂਸਰੀ ਦੇ ਵਿੱਚ ਲਗਾਏ ਜਾਣ ਸੋ 500 ਕੌਨਸਨਟਰੇਟਰ ਆਲਰੇਡੀ ਆ ਚੁੱਕੇ ਨੇ ਸੋ ਹੋਰ ਅੱਗੇ ਕੀ ਪਲਾਨ ਕੀਤਾ ਜਾ ਰਿਹਾ ਦੇਖੋ ਫਿਲਹਾਲ ਤਾਂ ਇਹਨਾਂ ਨੂੰ ਡਿਸਟ੍ਰੀਬਿਊਸ਼ਨ ਡਿਸਟ੍ਰੀਬਿਊਟ ਕਰਨਾ ਅੱਜ ਵੀ ਬਾਬਾ ਚਰਨਦਾਸ ਜੀ ਹਨੀ ਜੀ ਲਏ ਹੋਏ ਨੇ ਡਿਸਟ੍ਰੀਬਿਊਟ ਕਰਨ ਇੰਨੀ ਮਾਰੋ ਮਾਰੀ ਆ ਕੋਵਿਡ ਦੀ ਬਟ ਆਈ ਥੈਂਕ ਦੈਮ ਮੈਂ ਸਾਰੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਆਪ ਹੱਥੀਂ ਡਿਸਟ੍ਰੀਬਿਊਟ ਸਾਰਾ ਕੁਛ ਕੀਤਾ ਮੋਰ ਦੈਨ ਦੈਟ ਆਈ ਵੁੱਡ ਲਾਈਕ ਟੂ ਜਸਟ ਰੀਅਲੀ ਥੈਂਕ ਜਿਹੜੀ ਇੱਕ ਟਾਸਕ ਫੋਰਸ ਕੈਪਟਨ ਜੀ ਨੇ ਸਾਡੇ ਲਈ ਸੈੱਟ ਕਰਕੇ ਦਿੱਤਾ ਸੀ ਉਹਦੇ ਵਿੱਚ ਸ਼੍ਰੀ ਰਾਹੁਲ ਕੁਮਾਰ ਜੀ ਸੀਗੇ ਸਰਦਾਰ ਰਵਨੀਤ ਖੰਨਾ ਜੀ ਸੀਗੇ ਖਰਾਨਾ ਸੋਰੀ ਹੀ ਇਜ਼ ਇਨ ਦ ਇਨਕਮ ਟੈਕਸ ਐਂਡ ਐਕਸਾਈਜ਼ ਡਿਪਾਰਟਮੈਂਟ ਸੰਦੀਪ ਜੀ ਇਨ ਦ ਐਮਬੈਸੀ ਇਨ ਸਿੰਗਾਪੁਰ ਉਹਨਾਂ ਦੀ ਟੀਮ ਇਹਨਾਂ ਨੇ ਇੰਨੀ ਸਾਡੀ ਹੈਲਪ ਕੀਤੀ ਟੂ ਮੇਕ ਥਿੰਗਸ ਸੋ ਈਜ਼ੀ ਇਨ ਇੰਡੀਆ ਆਈ ਕੈਨ ਨੋਟ ਥੈਂਕ ਦੈਮ ਐਨਫ ਮੈਂ ਐਕਚੁਲੀ ਆਈ ਵਰਕ ਅਰਾਊਂਡ ਦ ਵਰਲਡ ਮੈਂ ਕਈ ਕਈ ਦੁਨੀਆ 'ਚ ਮੈਂ ਕੰਮ ਕਰਦਾ
ਅਤੇ ਮੇਰਾ ਇੰਟਰੈਕਸ਼ਨ ਹੁੰਦਾ, ਪਰ ਜੋ ਸਾਨੂੰ ਸਰਵਿਸ ਔਰ ਇੰਨੇ ਪਿਆਰ ਨਾਲ ਇਹਨਾਂ ਨੇ ਮੈਨੇਜ ਕੀਤਾ, ਵਾਂਸ ਦ ਗੁੱਡਸ ਲੈਂਡਡ ਇਨ ਇੰਡੀਆ ਇਟ ਵਾਜ਼ ਐਨ ਐਬਸੋਲੂਟ ਸੀਮਲੈਸ ਪ੍ਰੋਗਰਾਮ। ਆਈ ਕਾਂਟ ਥੈਂਕ ਦੀਜ਼ ਆਫਿਸਰਸ ਇਨਫ, ਐਂਡ ਮੈਂ ਹੀ ਅਰਦਾਸ ਕਰਦਾ ਜੇ ਸਾਡੇ ਸਾਰੇ ਆਫਿਸਰ ਇਹਨਾਂ ਆਫਿਸਰਾਂ ਵਰਗੇ ਹੋ ਜਾਣ, ਆਈ ਪ੍ਰੋਮਿਸ ਯੂ ਇੰਡੀਆ ਵਿਲ ਬੀ ਅ ਡਿਫਰੈਂਟ ਪਲੇਸ ਟੂ ਲਿਵ ਇਨ। ਪੀਟਰ ਜੀ, ਅੱਜ ਕੰਸਨਟ੍ਰੇਟਰ ਦੀ ਲੋੜ ਸੀ ਤਾਂ ਸ਼ਾਇਦ ਕੰਮ ਸਿੰਗਲਸਲੀ ਹੋ ਗਿਆ, ਬਟ ਜਨਰਲੀ ਕਿਹਾ ਜਾਂਦਾ ਕਿ ਇੰਡੀਆ ਵਿੱਚ ਬਾਹਰ ਦੇ ਲੋਕ ਖਾਸ ਕਰਕੇ ਬਿਜ਼ਨਸ ਕਰਨ ਆਉਂਦੇ, ਇੰਨੀ ਸੌਖ ਨਹੀਂ ਮਿਲਦੀ। ਤੁਸੀਂ ਭਾਰਤ ਵਿੱਚ ਬਿਜ਼ਨਸ ਵੀ ਕਰਨ ਆਉਂਦੇ ਹੋਵੋਗੇ, ਤਾਂ ਕਦੇ ਇਹੋ ਜਿਹੀ ਸੌਖ ਮਿਲੀ ਹੈ ਪਹਿਲਾਂ ਵੀ? ਮੈਂ ਕਿਤੇ ਵੀ ਇਹ ਇੰਨੀ ਸੌਖ ਨਹੀਂ ਦੇਖੀ, ਕਿਤੇ ਵੀ ਇੰਗਲੈਂਡ 'ਚ ਵੀ ਨਹੀਂ ਇੰਨੀ ਦੇਖੀ ਜਿੰਨੀ ਮੈਂ ਐਤਕੀ ਆਹ ਜਿਹੜਾ ਟਾਸਕ ਫੋਰਸ ਸੈੱਟ ਕੀਤਾ ਸੀ ਕੈਪਟਨ ਸਾਹਿਬ ਨੇ, ਜਿੰਨਾ ਮੈਂ ਇਹਨਾਂ 'ਚ ਦੇਖਿਆ। ਰਾਹੁਲ ਜੀ, ਰਵਨੀਤ ਜੀ, ਇਹਨਾਂ ਨੇ I mean, I hope they are watching this, then ona takke video pahunchegi. These guys, Sandeep ji in China, they made it amazing. Main tonu ek hor tade na gal share karna chahunda, tusi Punjab di ya Hindustan di gal karde ho ji. Qatar Airways ne saadiyan do shipmentan free deliver kitiyan India nu. Okay, SpiceJet India ne sade to thok ke paise le, ਫਿਰ ਸਾਡਾ ਮਾਲ ਰੋਕ ਲਿਆ ਦਿੱਲੀ, ਕਸਟਮ ਨੇ ਕਲੀਅਰ ਕਰਤਾ, ਸਪਾਈਸ ਜੈਟ ਨੇ ਕਲੀਅਰ ਨਹੀਂ ਕੀਤਾ। ਫਿਰ ਉਹਨਾਂ ਨੂੰ ਅਸੀਂ ਸਮਝਾਇਆ, ਰਵਨੀਤ ਜੀ ਨੇ ਸਮਝਾਇਆ, ਇਹਨਾਂ ਦੇ ਕੋਲੀਗ ਨੇ ਸਮਝਾਇਆ, ਤੁਸੀਂ ਕੀ ਕਰ ਕੀ ਰਹੇ ਆ, ਤਾਂ ਇਹ ਹਿੰਦੁਸਤਾਨ ਦੇ ਲਈ ਹੈ, ਇਹ ਇੰਡੀਆ ਦੇ ਲਈ ਮਸ਼ੀਨਾਂ ਵਾ, ਲੋਕ ਮਰ ਰਹੇ ਨੇ ਅਤੇ ਤੁਸੀਂ ਇੱਥੇ ਬਹਿ ਕੇ ਬੈਠੇ ਹਾਂ ਜੀ, ਅਸੀਂ ਸਮਾਨ ਰਿਲੀਜ਼ ਨਹੀਂ ਕਰ ਸਕਦੇ ਬਿਕੋਜ਼ ਇੱਕ ਸਾਨੂੰ ਈਮੇਲ ਦੀ ਵੇਟ ਹੈ, ਚਾਈਨਾ ਤੋਂ ਈਮੇਲ ਆਏਗਾ ਅਸੀਂ ਫਿਰ ਰਿਲੀਜ਼ ਕਰਾਂਗੇ। ਦੋ ਦਿਨ ਇਹਨਾਂ ਨੇ ਸਮਾਨ ਸਾਡਾ, ਮੇਰਾ ਖਿਆਲ 80 ਮਸ਼ੀਨਾਂ 77 ਮਸ਼ੀਨਸ ਇਹਨਾਂ ਨੇ ਹੋਲਡ ਕਰਕੇ ਰੱਖ ਲਈਆਂ ਫੋਰ ਨੋ ਰੀਜ਼ਨ ਵਟਸੋਐਵਰ। ਉਤੋਂ ਇਹਨਾਂ ਨੇ 80 ਜਾਨਾਂ ਨੂੰ ਚੋਕੇ ਵਿੱਚ ਪਾਤਾ। ਹਾਂ, ਆਈ ਮੀਨ ਇਟਸ ਸ਼ੌਕਿੰਗ, ਸਪਾਈਸ ਜੈਟ ਆਫ ਇੰਡੀਆ, ਯੂ ਆਰ ਚਾਰਜਿੰਗ ਅਸ ਮਨੀ, ਕਤਰ ਏਅਰਵੇਜ਼ ਇਜ਼ ਡੂਇੰਗ ਇਟ ਅੰਡਰ ਦੇ ਹਿਊਮੈਨਿਟੇਰੀਅਨ ਪੋਰਟਲ। ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ। ਸੋ ਕਾਰਪੋਰੇਟ ਦਾ ਆਪਣਾ ਆਪਣਾ ਰਵੱਈਆ ਹੁੰਦਾ, ਉਹੀਓ ਤੁਸੀਂ ਕਹਿੰਦੇ, ਤੁਸੀਂ ਇਹੀਓ ਕਿਹਾ ਕਿ ਵੀ ਮਹਾਰਾਜ ਦੀ ਜਦ ਕਿਰਪਾ ਹੁੰਦੀ ਹੈ, ਬਟ ਕਿੱਥੇ ਆਪਣੀ ਯੂ ਨੋ ਆਪਣੀ ਟੀਚਿੰਗਸ ਹੁੰਦੀਆਂ, ਕਿੱਥੋਂ ਸਿੱਖਿਆ ਹੁੰਦਾ? ਬਿਕੋਜ਼ ਹਰ ਇਨਸਾਨ, ਜਿਵੇਂ ਕਤਰ ਏਅਰਵੇਜ਼ ਨੇ ਕਰਤਾ, ਉਹ ਮਤਲਬ ਹਰ ਇਨਸਾਨ ਦਾ ਦਿਲ ਖੁੱਲ੍ਹਾ ਨਹੀਂ ਹੁੰਦਾ, ਹਰ ਕਾਰਪੋਰੇਟ ਦਾ ਦਿਲ ਖੁੱਲ੍ਹਾ ਨਹੀਂ ਹੁੰਦਾ ਜੋ ਆਪਣਾ ਕਿਰਦਾਰ ਨਿਭਾਏ, ਬਿਕੋਜ਼ ਹਮਦਰਦ ਦੀ ਨਾ ਕਿਉਂ ਨਹੀਂ? ਦੇਖੋ, ਇਹ ਤਾਂ ਸਾਡੀ ਘਰ ਦੀ ਪ੍ਰੋਬਲਮ ਹੈ ਨਾ, ਸਪਾਈਸ ਜੈਟ ਸਾਡੀ ਘਰ ਦੀ ਏਅਰਲਾਈਨ ਹੈ। Yeah, if British Airways can do it, Virgin can do it, Air India did it, SpiceJet nu ki hoya si? Chalo tusi paise lene ya le lo, koi problem nahi, par tusi samaan ta na roko. Bilkul. ਸੋ ਇਹੋ ਜਿਹੀਆਂ ਦਿੱਕਤਾਂ ਆਮ ਆਉਂਦੀਆਂ ਨੇ, ਐਂਡ ਯੂ ਨੋ ਤੁਸੀਂ ਕਾਫੀ ਦੇਰ ਤੋਂ ਪੰਜਾਬ ਵਿੱਚ, ਹੋਰ ਵੀ ਚੈਰਿਟੀ ਤੁਹਾਡੀ ਵਿਰਦੀ ਫਾਊਂਡੇਸ਼ਨ ਹੈ, ਕਾਫੀ ਹੋਰ ਕੰਮ ਵੀ ਕਰਦੇ ਨੇ, ਤੋ ਮਤਲਬ ਇਸ ਜੋ ਟਾਈਮ ਜੋ ਦਿੱਕਤਾਂ ਆਈਆਂ, ਔਰ ਵੈਸੇ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ? ਬਿਕੋਜ਼ ਜਨਰਲੀ ਜਦ ਕੋਈ ਚੰਗਾ ਕੰਮ ਕਰਦਾ, NGO ਕੰਮ ਕਰਦਾ, ਉਹ 'ਤੇ ਯੂ ਨੋ ਸਵਾਲ ਚੁੱਕਿਆ ਜਾਂਦਾ ਹੈ, ਕਿਉਂ ਕਰ ਰਹੇ ਕਾਰਪੋਰੇਟ ਆਪਣਾ, ਆਪਣੇ ਮੁਨਾਫੇ ਲਈ ਕਰ ਰਹੇ, ਆਪਣੀ ਇਮੇਜ ਲਈ ਕਰ ਰਹੇ, ਸਿਰਫ ਖਾਣਾ ਪੂਰਤੀ ਕਰ ਰਹੇ ਨੇ। ਸੋ ਤੁਹਾਨੂੰ ਕਿਸ ਤਰ੍ਹਾਂ ਦਾ ਇਸ ਤੋਂ ਪਹਿਲੇ ਤਜਰਬਾ ਰਿਹਾ ਹੈਗਾ ਇੱਥੇ ਕੰਮ ਕਰਨ ਦਾ? ਦੇਖੋ, ਨੋਰਮਲੀ ਕੀ ਹੁੰਦਾ, ਜਦੋਂ ਤੁਸੀਂ ਸੇਵਾ ਕਰਦੇ ਆ, ਕੋਈ ਵੀ ਬੰਦਾ ਦੇਖਦਾ, ਉਹ ਨਾਲ ਤੁਹਾਡੇ ਜੁੜ ਜਾਂਦਾ, ਅਤੇ ਜੇ ਜੁੜਦਾ ਨਿਗਾ ਤਾਂ ਤੁਹਾਡਾ ਰਾਸਤਾ ਰੋਕਦਾ ਨਿਗਾ। ਸੋ ਮੈਨੂੰ ਤਕਰੀਬਨ ਆਈ ਕਾਂਟ ਸੇ ਮੈਨੂੰ ਪ੍ਰੋਬਲਮਾਂ ਆਈਆਂ, ਡਿਲੇ ਜ਼ਰੂਰ ਆਈ ਹੈ, ਕਰਕੇ ਇੱਕ ਪ੍ਰੋਸੈਸ ਹੁੰਦਾ, ਇੱਕ ਪ੍ਰੋਟੋਕੋਲ ਹੁੰਦਾ, ਮੈਂ ਉਸ ਚੀਜ਼ ਨੂੰ ਸਮਝਦਾ, ਪਰ ਕੋਈ ਜਾਣ ਬੁੱਝ ਕੇ ਇਹੋ ਜਿਹੀ ਮੈਂ ਡਿਲੇ ਨਹੀਂ ਕਹਿ ਸਕਦਾ ਜਿਹੜੀ ਕਿਸੇ ਨੇ ਜਾਣ ਕੇ ਕੀਤੀ ਹੋਵੇ, ਜਿੱਥੇ ਚੈਰਿਟੀ ਦਾ ਕੰਮ ਆ। ਹਾਂ, ਜਿੱਥੇ ਬਿਜ਼ਨਸ ਆ, ਉਹ ਤਾਂ ਇੱਕ ਵੱਖਰਾ ਏਜੰਡਾ ਹੁੰਦਾ, ਬਟ ਜਿੱਥੇ ਚੈਰਿਟੀ ਦਾ ਕੰਮ ਆ, ਆਈ ਕਾਂਟ ਸੇ ਦੈਟ ਡਿਲੇ ਇਹੋ ਜਿਹੀ ਆਈ ਹੈ ਦੈਟ ਮੈਂ ਆਈ ਕੈਨ ਬਲੇਮ ਸਮਬਡੀ ਫੋਰ ਦਿਸ। ਪੀਟਰ, ਮੈਂ ਤੁਹਾਡੀ ਲਾਈਫ ਬਾਰੇ ਥੋੜ੍ਹਾ ਜਿਹਾ ਪੜ੍ਹ ਰਹੀ ਸੀ, ਐਂਡ ਮੈਂ ਸਟੱਡੀ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਵਿੱਚ ਇੰਟਰਪ੍ਰਨਿਓਰਸ਼ਿਪ ਲਿਆ ਕੇ ਆਪਣੇ ਆਪ ਨੂੰ ਕਿਸ ਲੈਵਲ ਤੋਂ ਕਿੱਥੇ ਅੱਜ ਰਹਿ ਗਏ ਹੋ ਕਿ ਵੀ ਅਸੀਂ ਤੁਹਾਨੂੰ ਬਿਲ ਗੇਟਸ ਮੰਨਦੇ ਹੈਗੇ ਹਾਂ ਪੰਜਾਬ ਦਾ। ਸੋ ਜੇ ਤੁਸੀਂ ਅੱਜ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨ, ਬਿਕੋਜ਼ ਉਹਨਾਂ ਵਿੱਚ ਥੋੜ੍ਹੀ ਜਿਹੀ ਨਿਰਾਸ਼ਾ ਹੈ, ਇੱਕ ਸੋਚ ਸਮਝ ਨਹੀਂ ਆ ਰਹੀ, ਸਾਰੇ ਕਹਿੰਦੇ ਤਾਂ ਹੈ ਕਿ ਵੀ ਸਟਾਰਟਅਪ ਵੱਲ ਜਾਓ, ਕੁਛ ਆਪਣਾ ਕੰਮ ਕਰੋ, ਬਿਕੋਜ਼ ਸਾਰੇ
ਕਿਸਾਨੀ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਕੀ ਕੀ ਐਡਵਾਈਸ ਦਿਓਗੇ ਕਿ ਉਹ ਕੀ ਕਰਨ ਤਾਂ ਕਿ ਜੋ ਇਸ ਟਾਈਮ ਓਪਰਚੁਨਿਟੀ ਦਾ ਗੈਪ ਨਜ਼ਰ ਆ ਰਿਹਾ ਉਹਨੂੰ ਕਿਸ ਤਰ੍ਹਾਂ ਉਹ ਅੱਗੇ ਪਾਰ ਕਰਨ, ਅੱਗੇ ਵਧਣ? ਪਹਿਲੋਂ ਤਾਂ ਮੇਨ ਗੱਲ ਇਹ ਆ ਦੈਟ ਯੂ ਹੈਵ ਟੂ ਬੀ ਰੀਅਲਿਸਟਿਕ। ਤੁਸੀਂ ਪਹਿਲੋਂ ਕੋਈ ਵੀ ਚੀਜ਼ ਹੈ, ਕੋਈ ਵੀ ਤੁਹਾਡਾ ਸਟਾਰਟਅਪ ਹੈ, ਕੋਈ ਆਈਡੀਆ ਹੈ, ਉਹਦੇ ਉੱਤੇ ਤੁਹਾਨੂੰ ਰੀਅਲਿਸਟਿਕ ਹੋਣਾ ਪੈਣਾ ਦੈਟ ਇਹ ਆਈਡੀਆ ਡਜ਼ ਇਟ ਹੈਵ ਲੈਗਸ। ਫਿਰ ਤੁਸੀਂ ਆਪਣੇ ਫੈਮਿਲੀ ਮੈਂਬਰਾਂ ਨੂੰ ਉੱਥੇ ਟੈਸਟ ਕਰੋ। ਦੈਨ ਯੂ ਆਸਕ ਯੂਰ ਸੈਲਫ ਦ ਕੁਐਸਚਨ, ਯੂ ਹੈਵ ਟੂ ਟੇਕ ਦੈਟ ਵਨ ਸਟੈਪ ਅਵੇ ਐਂਡ ਸੇ ਵੁੱਡ ਆਈ ਇਨਵੈਸਟ ਇਨ ਦਿਸ। ਐਂਡ ਆਈ ਪ੍ਰੋਮਿਸ ਯੂ, ਇੰਡੀਆ ਦੇ ਵਿੱਚ ਜਿਹੜੇ ਸਟਾਰਟਅਪ ਆ ਰਹੇ ਨੇ, billions of dollars have been invested in Indian startups. So aapa eh nahi keh sakde that startup nahi chal rahe, startup chal rahe ne. Lokan ko ek tarika hunda onu present karan da, onu odi business plan banaun da, oda har ek bana ke onu kis tarah present karna hai. And if you don't have that knowledge, then go to the accountant nu ja ke puchho, ja tada koi na koi sajjan mitr hoega that will help you do this. And oh, kisse entrepreneur de agge rakh do, and if he sees legs on that, why would he not invest? Kyon nahi karega? Tanu ki dikkatan aayi jab tusi apna kaam shuru kita, tanu koi dikkatan aayi hogi, and how tusi unnu overcome kidda kista, oh strength kithon aayi ki I'm sure kadi na kadi da haar mildi hai ki ya haar da samna karna penda sabnu? Sanu dekho pehli ta gall aa mainu, I was born here, ohde vich sanu sab to vaddi dikkat saadi pehlo sigi saada rang, ਆ ਰੰਗ ਸਾਡੀ ਸਕਿਨ ਦਾ ਰੰਗ ਜਿਹੜਾ ਨਾ ਇਹ ਸਾਡੇ ਅਗੇਂਸਟ ਸੀਗਾ ਇੰਗਲੈਂਡ ਦੇ ਵਿੱਚ। ਫਿਰ ਦਸਤਾਰ, ਫਿਰ ਤੁਹਾਡਾ ਜੋ ਤੁਹਾਡਾ ਲੁੱਕ ਹੈ ਉਹ ਐਵਰੀਥਿੰਗ ਵਾਜ਼ ਅਗੇਂਸਟ। ਸਾਡੇ ਇੱਥੇ ਕੀ ਕਹਿੰਦੇ ਨੇ ਦੈਟ ਫੋਰ ਐਨੀ ਏਸ਼ੀਅਨ ਪਰਸਨ, ਏਸ਼ੀਅਨ ਮਤਲਬ ਇੰਡੀਅਨ ਪਰਸਨ ਜਾਂ ਕੋਈ ਚਾਈਨੀਜ਼ ਕੋਈ ਵੀ ਹੋਵੇ, BME ਪਰਸਨ, ਯੂ ਹੈਵ ਟੂ ਬੀ ਟਵਾਈਸ ਐਸ ਬੈਟਰ ਦੈਨ ਦ ਇੰਗਲਿਸ਼ਮਨ। ਸੋ ਗੋਰੇ ਨਾਲੋਂ ਦੋ ਗੁਣਾ ਬੈਟਰ ਹੋਣਾ ਪੈਂਦਾ ਹੈ ਜੇ ਤੁਸੀਂ ਉਸ ਲੈਵਲ ਤੇ ਪਹੁੰਚਣਾ। ਜੇ ਕਿਸੇ ਗੋਰੇ ਦੀ ਗੋਰਾ 10 ਘੰਟੇ ਕੰਮ ਕਰਦਾ, ਅਵਲ ਤੇ ਕਰਦੇ ਨਹੀਂ, ਜੇ ਉਹ 10 ਕਰਦਾ ਤੁਹਾਨੂੰ 18 ਕਰਨੇ ਪੈਣੇ ਆ। ਤੁਸੀਂ ਜਦ ਗੱਲ ਕੀਤੀ ਕਿ ਜੋ ਤੁਹਾਡਾ ਬਾਣਾ ਹੈ, ਜੋ ਤੁਹਾਡੀ ਲੁੱਕ ਹੈਗੀ ਹੈ, ਦਸਤਾਰ ਰੱਖੀ ਹੋਈ ਹੈ, ਸਾਬਤ ਯੂਨੋ ਹਰ ਚੂਰ ਹੈਗੀ ਹੈ, ਤੇ ਇਹ ਇਸ ਨੂੰ ਮੇਨਟੇਨ ਕਰਨਾ, ਬਿਕੋਜ਼ ਇੰਗਲੈਂਡ ਦੇ ਜਿਹੜੇ ਸਰਦਾਰ ਹੁੰਦੇ ਉਹਨਾਂ ਦੀ ਇੱਕ ਲੁੱਕ ਬੜੀ ਡਿਫਰੈਂਟ ਹੁੰਦੀ ਹੈ, ਪਗੜੀ ਵੱਖਰੀ ਹੁੰਦੀ ਹੈ, ਦਾੜੀ ਵੱਖਰੀ ਹੁੰਦੀ ਹੈ, ਤੁਸੀਂ ਜ਼ਿਆਦਾ ਪੰਜਾਬੀ ਦੇਖਣ ਨੂੰ ਲੱਗਦੇ ਹੋ, ਸੋ ਇਹ ਰੂਪ ਵੀ ਮੇਨਟੇਨ ਕਰਨਾ ਆਪਣੇ ਆਪ ਵਿੱਚ ਇੱਕ ਉਹ ਵੀ ਇੱਕ ਲੜਾਈ, ਇੱਕ ਜੰਗ ਆਪਣੇ ਨਾਲ, ਸਮਾਜ ਨਾਲ, ਉਹ ਵੀ ਇੱਕ ਵੱਖਰੀ ਪਰਸਨਲ ਜੰਗ ਰਹੀ ਹੋਗੀ। ਦੇਖੋ ਦਸਤਾਰ ਦਾ ਸਟਾਈਲ ਤਾਂ ਵੱਖਰਾ ਵੱਖਰਾ ਹੁੰਦਾ, ਹਰ ਇੱਕ ਦਾ ਵੱਖਰਾ ਹੁੰਦਾ। ਉਹ ਜਿਹੜੀ ਤੁਸੀਂ ਜਿਹਦੀ ਗੱਲ ਕਰਦੇ ਹੋ, ਜ਼ਿਆਦਾ ਕੀਨੀਅਨ ਸਟਾਈਲ ਕਹਿ ਦਿੰਦੇ ਆ ਉਸ ਪੱਗ ਨੂੰ, ਉਹਦੀ ਪੁਣੀ ਹੋਰ ਪੁਣੀ ਹੋਰ ਤਰ੍ਹਾਂ ਹੁੰਦੀ ਹੈ। ਆਹ ਜਿਹੜੀ ਦਸਤਾਰ ਮੈਂ ਬੰਨੀ ਹੈ, ਇਹਦੇ ਵਿੱਚ ਇਹ ਸੀਨ ਪਾ ਕੇ ਪੁਣੀ ਹੁੰਦੀ ਹੈ, ਇਹ ਬਣਦੀ ਹੈ। ਸੋ ਉਹ ਤਾਂ ਚਲੋ ਦੈਟਸ ਯੋਰ ਆਈਡੈਂਟੀ, ਦਸਤਾਰ ਇਜ਼ ਅ ਦਸਤਾਰ। ਕੋਈ ਦਮਾਲਾ ਬਣ ਲੈਂਦਾ, ਕੋਈ ਆ ਪੰਜਾਬੀ ਸਟਾਈਲ, ਕੋਈ ਪਟਿਆਲਾ ਸ਼ਾਹੀ ਬਣ ਲੈਂਦਾ, ਕੋਈ ਵੱਖਰੀ ਵੱਖਰੀ, ਉਹ ਤਾਂ ਤੁਹਾਡਾ ਇੱਕ ਸਟਾਈਲ ਹੁੰਦਾ ਜਾਂ ਤੁਹਾਡਾ ਇੱਕ ਆਈਡੈਂਟੀਟੀ ਜੀ ਬਣ ਜਾਂਦੀ ਹੈ। ਬਟ ਦ ਮੋਸਟ ਇੰਪੋਰਟੈਂਟ ਇਜ਼ ਜਿਸ ਬੰਦੇ ਨੇ ਦਸਤਾਰ ਬੰਨ ਕੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਕੰਮ ਕੀਤਾ, ਹੀ ਹੈਜ਼ ਵੁੱਡ ਹੈਵ ਫਾਊਂਡ ਇਟ ਵੈਰੀ ਡਿਫੀਕਲਟ ਟੂ ਗੈਟ ਟੂ ਵੇਅਰ ਹੀ ਇਜ਼ ਗੋਟ ਟੂ। ਐਂਡ ਇਟ ਐਬਸੋਲਿਊਟਲੀ ਇਟਸ ਅ ਚੈਲੰਜ, ਬਹੁਤ ਜ਼ਿਆਦਾ ਚੈਲੰਜ ਆ। ਬਟ ਦਿਸ ਇਜ਼ ਵੇ ਤੁਸੀਂ ਮਾਲਕ ਦਾ ਓਟ ਆਸਰਾ ਲੈ ਕੇ ਸਵੇਰ ਨੂੰ ਅਰਦਾਸ ਕਰਕੇ, ਐਂਡ ਯੂ ਲੁੱਕ ਐਟ ਦ ਕੁਰਬਾਨੀਆਂ ਦੈਟ ਆਰ ਗੁਰੂਜ਼ ਹੈਵ ਡਨ। ਤਾਂ ਸਾਡੇ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਆਪਣਾ ਪਰਿਵਾਰ ਵਾਰਤਾ ਸਿਰਫ ਉਹ ਸਿਰਫ ਪੰਥ ਵਾਸਤੇ। ਸੋ ਅਸੀਂ ਹੁਣ ਇਸ ਚੀਜ਼ ਨੂੰ ਹਾਰ ਕੇ ਆਪਣੇ ਬਾਲ ਕਟਾ ਕੇ, ਅਤੇ ਅਸੀਂ ਕਹੀਏ ਜੀ ਹੁਣ ਮੈਂ CEO ਬਣ ਗਿਆ, ਪਰ ਮੈਨੂੰ ਆਪਣੇ ਬਾਲ, ਆਈ ਟੂ ਸੈਕਰੀਫਾਈਸ ਇਟ ਵਿਦ ਮਾਈ ਹੇਅਰ। ਐਵਰੀਬਡੀ ਹੈਜ਼ ਦੇਅਰ ਓਨ ਜਰਨੀ, ਆਈ ਕਾਂਟ ਕ੍ਰਿਟੀਸਾਈਜ਼ ਦੈਮ, ਬਟ ਆਈ ਕੁਡਨਟ ਡੂ ਦੈਟ ਐਂਡ ਆਈ ਰਿਫਿਊਜ਼ ਟੂ ਡੂ ਦੈਟ। ਸੋ ਸਾਡਾ ਤਾਂ ਇਹੀ ਸੀਗਾ ਦੈਟ ਐਸ ਦੇ ਸੇ ਯਾਰ ਤਾਂ ਇੱਦਾਂ ਚੱਲਣਗੇ, ਅਤੇ ਜਿਸ ਜਿਹਨੇ ਕੰਮ ਕਰਨਾ ਠੀਕ ਹੈ, ਨਹੀਂ ਕਰਨਾ ਅਤੇ ਜਦੋਂ ਮਾਲਕ ਨੇ ਮੌਕਾ ਦਿੱਤਾ ਉਦੋਂ ਸਾਡਾ ਯੂ ਨੋ ਵੀ ਵਿਲ ਵਰਕ ਵਿਦ ਯੂ। ਬਟ ਆਈ ਮਸਟ ਸੇ ਦ ਦਸਤਾਰ ਹੈਜ਼ ਹੈਲਪਡ ਮੀ ਅ ਲੋਟ ਓਵਰ ਦ ਕੋਰਸ ਆਫ ਟਾਈਮ, ਬਿਕੋਜ਼ ਇਟਸ ਕ੍ਰੀਏਟਿਡ ਐਨ ਇੰਡੀਵਿਜੁਅਲਿਟੀ ਐਂਡ ਅ ਬ੍ਰਾਂਡ ਵਿਦ ਇਨ ਦ ਬੋਰਡ ਰੂਮ ਫੋਰ ਮੀ। ਅੱਛਾ, ਦਸਤਾਰ ਤੁਹਾਡੀ ਮਤਲਬ ਪਹਿਚਾਣ ਬਣੀ ਹੈਗੀ ਹੈ, ਤੁਹਾਨੂੰ ਡਿਫਰੈਂਟ ਆਈਡੈਂਟੀਟੀ ਦਿੱਤੀ ਐਟ ਅ ਲੇਟਰ ਸਟੇਜ।
ਸਟਰਗਲ ਤੋਂ ਬਾਅਦ ਜਦੋਂ ਤੁਸੀਂ ਇੱਕ ਆਪਣਾ ਪਲੇਟਫਾਰਮ ਬਣਾ ਲੈਂਦੇ ਆ ਐਂਡ ਯੂ ਨਾਓ ਇੰਟਰੈਕਟਿੰਗ ਵਿਦ ਸੀਈਓਜ਼ ਐਂਡ ਐਫਟੀਜ਼ ਐਂਡ ਸੋ ਫੋਰਥ ਆਫ ਡਿਫਰੈਂਟ ਕੰਪਨੀਜ਼ ਉਹ ਫਿਰ ਯੂ ਕ੍ਰੀਏਟ ਦੈਟ ਲੈਵਲ ਆਫ ਰਿਸਪੈਕਟ ਬਟ ਅਸੀਂ ਹੇਟ ਕ੍ਰਾਈਮ ਵੀ ਦੇਖਦੇ ਆ ਸਿੱਖਾਂ ਵਿਰੁੱਧ ਕ੍ਰਾਈਮ ਦੀ ਗੱਲ ਸੁਣਦੇ ਆ ਤੇ ਉਹ ਤੁਹਾਨੂੰ ਕਦੀ ਫੇਸ ਕਰਨੀ ਪਈ ਪਹਿਲੀਆਂ ਦੇ ਵਿੱਚ ਵਨ ਆਈ ਵਾਸ ਯੰਗ ਬਟ ਆਈਵ ਆਲਵੇਜ਼ ਹੈਡ ਅ ਸਟਰੋਂਗ ਪਰਸਨੈਲਿਟੀ ਆਈਵ ਆਲਵੇਜ਼ ਬੀਨ ਰੀਜ਼ਨੇਬਲੀ ਸਟਰੋਂਗ ਸੋ ਯੈਸ ਦਿਸ ਨਾਟ ਅ ਐਬਸੋਲੂਟਲੀ ਫੇਸ ਕਰਨੀ ਪਈ ਬਟ ਇਟਸ ਹਾਊ ਯੂ ਡੀਲ ਵਿਦ ਇਟ ਦਿਸ ਇਜ਼ ਵਾਈ ਆਈ ਆਲਵੇਜ਼ ਸੇ ਇਟਸ ਇੰਪੋਰਟੈਂਟ ਬੱਚਿਆਂ ਨੂੰ ਕੋਈ ਨਾ ਕੋਈ ਸੈਲਫ ਡਿਫੈਂਸ ਸਿਖਾਓ ਮਾਰਸ਼ਲ ਆਰਟਸ ਸਿਖਾਓ ਮੈਂਟਲੀ ਮੈਂ ਇੱਕ ਦੋ ਵੀਡੀਓ ਵੀ ਆ ਮੇਰੇ ਯੂਟਿਊਬ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਜਿੱਥੇ ਬੱਚਿਆਂ ਨੂੰ ਮੈਂਟਲੀ ਤੁਸੀਂ ਪ੍ਰਿਪੇਅਰ ਕਰੋ ਤਾਂ ਦਿਸ ਇਜ਼ ਵਾਟਸ ਕਨ ਹੈਪਨ ਸੀ ਇਟਸ ਵੈਰੀ ਡਿਫਰੈਂਟ ਇਨ ਇੰਡੀਆ ਇੰਡੀਆ ਦੇ ਵਿੱਚ ਤੁਹਾਨੂੰ ਇਹ ਪ੍ਰੋਬਲਮਾਂ ਫੇਸ ਨਹੀਂ ਹੁੰਦੀਆਂ ਪਰ ਜਦੋਂ ਬੱਚੇ ਨੇ ਇਸ ਦੇ ਕਹਿੰਦੇ ਗੋ ਆਊਟ ਇਨ ਟੂ ਦ ਵਾਈਡਰ ਵਰਲਡ ਦੇ ਹੈਵ ਟੂ ਬੀ ਮੈਂਟਲੀ ਪ੍ਰਿਪੇਅਰਡ ਬਿਕੋਜ਼ ਵੀ ਸਟੈਂਡ ਆਊਟ ਦ ਹੋਲ ਆਈਡੀਓਲੋਜੀ ਆਫ ਸਿੱਖੀ ਵਾਸ ਵਨ ਪਾਰਟ ਆਫ ਇਟ ਸੋਰੀ ਵਾਸ ਦੈਟ ਮੇਰਾ ਜਿਹੜਾ ਖਾਲਸਾ ਵਾ ਉਹ ਦੂਰੋਂ ਪਛਾਣਿਆ ਜਾਵੇ so you're going to stand out on that so ek tuhanu mentally prepare hona pehna that this is how people are going to and you have to be proud of that this is a crown jada na a dastar jadi hai you have to be proud of that when you are walking in society that tuhanu bada ida such a privilege to have a dastar you are blessed to have that ਤੁਸੀਂ ਜਦ ਪੰਜਾਬ ਆਉਂਦੇ ਹੋ ਅੱਜ ਪੰਜਾਬ ਦੀ ਨੌਜਵਾਨੀ ਥੋੜ੍ਹੀ ਜਿਹੀ ਭਟਕੀ ਹੋਈ ਹੈ ਥੋੜ੍ਹੀ ਜਿਹੀਆਂ ਯੂ ਨੋ ਨਸ਼ੇ ਵੱਲ ਅਸੀਂ ਵੇਖ ਕਹਿ ਰਹੀਏ ਜਾਂ ਬੇਰੋਜ਼ਗਾਰੀ ਕੁਛ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈ ਔਰ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦਿਓਗੇ ਦੇਖੋ ਨਸ਼ੇ ਨੂੰ ਤਾਂ ਮੈਂ ਬਿਲਕੁਲ ਆਈ ਐਮ ਅਗੇਂਸਟ ਐਨੀ ਫੋਰਮ ਆਫ ਨਸ਼ਾ ਨਸ਼ਾ ਤੁਹਾਨੂੰ ਹੋਣਾ ਚਾਹੀਦਾ ਜਵਾਨੀ ਦਾ ਨਸ਼ਾ ਤੁਹਾਨੂੰ ਹੋਣਾ ਚਾਹੀਦਾ ਤੁਹਾਡੇ ਜਿਹੜਾ ਤੁਹਾਡੇ 'ਚ ਜੋਸ਼ ਆ ਨਸ਼ਾ ਤੁਹਾਨੂੰ ਹੋਣਾ ਚਾਹੀਦਾ ਸਿੱਖੀ ਦਾ ਨਸ਼ਾ ਤੁਹਾਨੂੰ ਹੋਰ ਕਈ ਚੀਜ਼ਾਂ ਦਾ ਨਸ਼ਾ ਹੋਣਾ ਚਾਹੀਦਾ ਬਟ ਜਿਹੜਾ ਤੁਸੀਂ ਇੰਟੋਕਸੀਕੇਟ ਹੋਣਾ ਇਨ ਐਨੀ ਫੋਰਮ ਆਫ ਡਰੱਗ ਔਰ ਨਾਈਕੋਟਿਕਸ ਮੈਂ ਆਈ ਪ੍ਰੇ ਮੈਂ ਅਰਦਾਸ ਕਰਦਾ ਦੈਟ ਪੰਜਾਬ ਨੂੰ ਇਹ ਚੀਜ਼ ਤੋਂ ਬਚਾਇਆ ਜਾਵੇ ਬਟ ਇਟ ਨੀਡਸ ਮੋਰ ਕੰਟਰੋਲ ਗਵਰਨਮੈਂਟ ਨੀਡਸ ਮੋਰ ਕੰਟਰੋਲ ਪੁਲਿਸਿੰਗ ਨੀਡਸ ਮੋਰ ਕੰਟਰੋਲ ਅਨਫੋਰਚੁਨੇਟਲੀ ਵੀ ਆਰ ਸਿਟਿੰਗ ਐਟ ਦੈਟ ਪਾਰਟ ਆਫ ਦ ਕੰਟਰੀ ਜਿੱਥੇ ਸਾਨੂੰ ਬੋਰਡਰ ਲੱਗਦਾ ਪਾਕਿਸਤਾਨ ਦਾ ਅਫਗਾਨਿਸਤਾਨ ਤੋਂ ਜਿਹੜਾ ਸਮਾਨ ਆਉਂਦਾ ਇਟ ਟਰੈਵਲਸ ਥਰੂ ਪੰਜਾਬ ਐਂਡ ਗੋਜ਼ ਆਊਟ ਉਹ ਫਿਰ ਸਿਚੁਏਸ਼ਨ ਉਹਦੇ ਵਿੱਚ ਕੋਈ ਨਾ ਕੋਈ ਸਾਈਡ ਇਫੈਕਟਸ ਤਾਂ ਹੁੰਦੇ ਨੇ ਬਟ ਆਈ ਥਿੰਕ ਵਿਦ ਸੋਸ਼ਲ ਮੀਡੀਆ ਵਿਦ ਅਵੇਅਰਨੈਸ ਯੂਥ ਹੁਣ ਬਹੁਤ ਅਵੇਅਰ ਹੋ ਗਿਆ ਸੋ ਅਵੇਅਰਨੈਸ ਕਾਫੀ ਹੋ ਗਈ ਆ ਪਿੰਡਾਂ 'ਚ ਵੀ ਅਵੇਅਰਨੈਸ ਬਹੁਤ ਹੋ ਗਈ ਆ ਵੇ ਯੂਥ ਇਸ ਗੱਲ ਨੂੰ ਸੋਚ ਸਮਝ ਕੇ ਕਰ ਰਿਹਾ ਜੇ ਕਰ ਰਿਹਾ ਪੀਟਰ ਜੀ ਇੱਕ ਚੀਜ਼ ਤੁਹਾਡੇ ਬਾਰੇ ਕਾਫੀ ਜਾਣੀ ਜਾਂਦੀ ਤੁਸੀਂ ਫੈਸ਼ਨੇਬਲ ਵੀ ਬੜੇ ਹੈਗੇ ਹੋ ਸੋ ਹਾਓ ਤੁਸੀਂ ਸਾਰਾ ਬੈਲੈਂਸ ਕਿੱਦਾਂ ਕਰਦੇ ਹੋ ਕੰਮ ਵੀ ਬੈਲੈਂਸ ਕਰਨਾ ਹੈ ਸੋਸ਼ਲ ਵਰਕ ਵੀ ਬੈਲੈਂਸ ਕਰਨਾ ਹੈ ਔਰ ਫੈਸ਼ਨ ਨੂੰ ਵੀ ਮੇਨਟੇਨ ਕਰਨਾ ਹੈਗਾ ਦੇਖੋ ਜੀ ਮੈਂ ਬਹੁਤ ਘੱਟ ਸਰਦਾਰ ਦੇਖੇ ਆ ਜਿਹੜੇ ਨਹੀਂ ਫੈਸ਼ਨੇਬਲ ਦੈਟਸ ਟਰੂ ਉਹ ਮੈਂ ਮੰਨਦੀ ਆ ਪੰਜਾਬੀ ਸਰਦਾਰ ਔਰ ਪੰਜਾਬੀ ਫੈਸ਼ਨੇਬਲ ਹੀ ਆ ਠੀਕ ਹੈ ਯੂ ਵੁੱਡ ਨੈਵਰ ਅਸੀਂ ਸਾਡੇ ਲਈ ਤਾਂ ਰੋਜ਼ ਵਿਆਹ ਵਾ ਤੇ ਸਾਡੇ ਲਈ ਰੋਜ਼ ਇਟਸ ਅ ਕੈਟਵਾਕ ਜਦੋਂ ਸਰਦਾਰ ਸਵੇਰ ਨੂੰ ਤਿਆਰ ਹੁੰਦਾ ਨਾ ਤੇ ਆਪਣੀ ਦਸਤਾਰ ਬੰਨਦਾ ਉਹ ਇਹੀ ਆ ਦੈਟ ਇਹਦੇ ਨਾਲ ਮੈਂ ਮੈਚ ਕੀ ਕਰਨਾ ਜੀ ਇਟਸ ਐਵਰੀ ਆਈ ਆਲਵੇਜ਼ ਸੇ ਐਵਰੀ ਡੇ ਇਜ਼ ਅ ਕੈਟਵਾਕ ਤੁਸੀਂ ਦੇਖੋ ਜਦੋਂ ਤੁਸੀਂ ਦਸਤਾਰ ਬੰਨਦੇ ਹੋ ਨਾ ਤੁਸੀਂ ਯੂ ਸਟੈਂਡਿੰਗ ਇਨ ਫਰੰਟ ਆਫ ਅ ਮਿਰਰ ਐਂਡ ਯੂ ਟਾਈਂਗ ਦੈਟ ਦਸਤਾਰ ਐਂਡ you have a massive responsibility tade utte inni zimmedari aa jandi hai that you have to be proud of that and now tusi fir I have not main bahut ghat actually I can't say I've seen oh apne level de utte har ek punjabi sardar hai tip top ho ke renda I know har lad vich shiddat hai har lad vich tusi ek promise hi ja reha hega aur you know exact distance kinna rakhna hega har cheez te so I guess yes so assi jive kajal lande hege ha to ohde vich vi dhyan lagde ha ki kidda jayega so somewhere dastar vich ta usso bahut 100 guna vadh mehnat lagdi hegi hai dekho it this is a blessing I mean kai hun vattan wali pag bannan lappe ne kai damala bande ne hun jehdi vattan wali pag hai oh inni sohni bande ne with the what in it is it's beautiful on mere lad ne I have the lad coming down it's
ਦੇਖੋ ਜਦੋਂ ਤੁਸੀਂ when you're proud of something you're going to celebrate that ਜਦੋਂ ਕਿਸੇ ਚੀਜ਼ ਤੇ ਤੁਸੀਂ ਪ੍ਰਾਊਡ ਨਹੀਂ ਹੈ ਤੁਸੀਂ you're not going to celebrate it ਪਿਰਦੀ ਪੰਜਾਬ ਨਾਲ ਪੰਜਾਬੀਅਤ ਨਾਲ ਇੰਨਾ ਲਗਾਵ ਇੰਨਾ ਇੰਟਰਸਟ ਕਿੱਦਾਂ ਰਿਹਾ ਉੱਥੇ ਰਹਿ ਕੇ ਬੜੇ ਲੋਕ ਉੱਥੇ ਦੇ ਕਲਚਰ ਦੇ ਇਨਫਲੂਐਂਸ ਹੋ ਜਾਂਦੇ ਆ ਪਰ ਤੁਹਾਡਾ ਇੰਨਾ ਜ਼ਿਆਦਾ ਮਤਲਬ ਯੂ ਨੋ ਪਿਆਰ ਕਿੱਦਾਂ ਰਹਿ ਗਿਆ ਸਾਨੂੰ ਦੇਖੋ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਐਂਡ ਸਕੂਲ ਦੀਆਂ ਛੁੱਟੀਆਂ ਹੋਣੀਆਂ ਗੋਰਿਆਂ ਨੇ ਕਿਸੇ ਨੇ ਜਾਣਾ ਸਪੇਨ ਚਲ ਜਾਣਾ ਕਿਸੇ ਨੇ ਪੋਰਚੁਗਲ ਚਲ ਜਾਣਾ ਕਿਸੇ ਨੇ ਇਟਲੀ ਚਲ ਜਾਣਾ ਅਤੇ ਸਾਨੂੰ ਘਰਦਿਆਂ ਨੇ ਚੱਕ ਕੇ ਸਿੱਧਾ ਪਿੰਡ ਮਾਰਨਾ ਅਤੇ ਚਲੋ ਜੀ ਇੱਥੇ ਬੈਠੋ ਪਿੰਡ ਅਤੇ ਇੱਥੇ ਖੇਡੋ ਉੱਥੇ ਸਾਨੂੰ ਪਿੰਡ ਵਾਲੇ ਸਕੂਲ ਪਾ ਤਾ ਪੜ੍ਹਨੇ ਸੋ ਉਹ ਚੀਜ਼ਾਂ ਦੇ ਨਾਲ ਸਾਡਾ ਕੰਟੀਨਿਊਸ ਕਨੈਕਸ਼ਨ ਰਹਿ ਗਿਆ ਪੰਜਾਬ ਦੇ ਨਾਲ ਐਂਡ ਸਿੰਸ ਦੈਨ ਸਿੰਸ ਆਈ ਥਿੰਕ ਮੈਂ 2 ਸਾਲ ਦਾ ਸੀ ਜਦੋਂ ਪਹਿਲੋਂ ਇੰਡੀਆ ਆਇਆ ਵਿਦ ਮਾਈ ਡੈਡ ਅਤੇ ਉਹ ਤੋਂ ਬਾਅਦ ਆਈ ਥਿੰਕ ਇਟਸ ਬੀਨ ਅ ਰੈਗੂਲਰ ਫੋਰ ਅਸ ਐਵਰੀ ਸਮਰ ਹੋਲੀਡੇਜ਼ ਅਸੀਂ ਹੋਰ ਕਿਤੇ ਨਹੀਂ ਗਏ ਸਮਰ ਦੀਆਂ ਛੁੱਟੀਆਂ ਕੱਟਣ ਫਰੋਮ ਮਾਈ ਪ੍ਰਾਈਮਰੀ ਸਕੂਲ ਟੂ ਸੀਨੀਅਰ ਸਕੂਲ ਓਕੇ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ ਤੁਸੀਂ ਕੀ ਆਪਣੇ ਬੱਚਿਆਂ ਨਾਲ ਵੀ ਸੇਮ ਟ੍ਰੈਡੀਸ਼ਨ ਕੰਟੀਨਿਊ ਕਰ ਰਹੇ ਹੋ ਬਿਲਕੁਲ ਮੈਂ ਕਰਦਾ ਫੋਰ ਦੈਮ ਇਟਸ ਅ ਟੋਰਚਰ ਕਰਕੇ ਹੁਣ ਜਦੋਂ ਅਸੀਂ ਵੈਨ ਵੀ ਵਰ ਗਰੋਇੰਗ ਅਪ ਉਦੋਂ ਕੋਈ ਵਾਈਫਾਈ ਨਹੀਂ ਹੁੰਦਾ ਸੀ ਬਿਲਕੁਲ ਕੋਈ ਵਾਈਫਾਈ ਨਹੀਂ ਸੀ ਟੀਵੀ ਕੁਛ ਨਹੀਂ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਟੀਵੀ ਇੱਕ ਅੱਧੇ ਘਰ 'ਚ ਹੋਣਾ ਜਾਂ ਕਿਸੇ ਨੇ ਕਿਰਾਏ 'ਚ ਲਿਆਉਣਾ ਸਾਰੇ ਪਿੰਡ ਨੇ ਇਕੱਠਾ ਹੋ ਕੇ ਟੀਵੀ ਦੇਖਣ ਲੱਗ ਪੈਣਾ ਅਸੀਂ ਜਿਹੜੇ ਜੈਸ ਪਿੰਡ ਤੋਂ ਮੈਂ ਬਿਲੋਂਗ ਕਰਦਾ ਨਾ ਬਹੁਤ ਛੋਟਾ ਜਿਹਾ ਪਿੰਡ ਹੈ ਪਿੰਡ ਕੋਲੀਆਂਵਾਲ ਕਪੂਰਥਲੇ ਦੇ ਲਾਗੇ ਸੁਲਤਾਨਪੁਰ ਅਤੇ ਕਪੂਰਥਲੇ ਦੇ ਵਿੱਚ ਹੈ ਅਤੇ ਸਾਡੇ ਘਰ ਦੇ ਵਿੱਚ ਮੇਰਾ ਖਿਆਲ ਸਾਡੇ ਪਿੰਡ ਦੇ ਵਿੱਚ ਮੇਰਾ ਖਿਆਲ 60 ਘਰ ਹੋਣੇ ਆ ਐਂਡ ਟਾਵੇਂ ਘਰ ਦੇ ਵਿੱਚ ਟੀਵੀ ਸੀਗਾ ਅਤੇ ਜਦੋਂ ਕਿਸੇ ਨੇ ਟੀਵੀ ਲਿਆਉਣਾ ਉਹਨਾਂ ਨੇ ਸ਼ਾਮ ਨੂੰ ਵਿਹੜੇ 'ਚ ਰੱਖ ਲੈਣਾ ਅਤੇ ਸਾਰੇ ਪਿੰਡ ਨੇ ਇਕੱਠੇ ਹੋ ਜਾਣਾ ਅਤੇ ਉਹਨਾਂ ਨੇ ਫਿਲਮ ਦੇਖਣੀ ਰਾਈਟ ਸੋ ਆਈ ਹੈਵ ਸੀਨ ਦ ਗਰੋਥ ਫਰੋਮ ਦੈਮ ਟਾਈਮਸ ਜਦੋਂ ਫਰਿੱਜ ਕਿਸੇ ਟਾਵੇਂ ਘਰ ਹੁੰਦੀ ਸੀ ਬੱਤੀ ਇੰਨੇ ਟਾਈਮ 'ਚ ਆਉਂਦੀ ਹੁੰਦੀ ਸੀਗੀ ਸੋ ਆਈ ਹੈਵ ਸੀਨ ਆਲ ਆਫ ਦੈਟ ਆਈ ਹੈਵ ਲਿਵਡ ਦੈਟ ਇਨ ਪੰਜਾਬ ਸੋ ਜੋ ਬੱਚਾ ਜ਼ਾ ਨਾਟ ਹੈਪੀ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋਣਾ ਹੁਣ ਕਿ ਵਾਈਫਾਈ ਦੇ ਸਿਗਨਲ ਲੱਗਦੇ ਉਹਨੀ ਉਹਨਾਂ ਨੂੰ ਹੁਣ ਵਾਈਫਾਈ ਲਵਾਤਾ ਉਹਨਾਂ ਨੂੰ ਹੁਣ ਚੰਡੀਗੜ੍ਹ ਕੋਠੀ ਲੈਤੀ ਆ ਸੋ ਥਿੰਗਸ ਆਰ ਪ੍ਰੋਗਰੈਸ ਬਟ ਵੀ ਸਟਿਲ ਟੇਕ ਹਿਮ ਬੈਕ ਟੂ ਦ ਪਿੰਡ ਜਾਂਦੇ ਨੇ ਸਾਡਾ ਮਕਾਨ ਵੀ ਆ ਪਿੰਡ ਦੇ ਵਿੱਚ ਸੋ ਦੇ ਗੋ ਬੈਕ my father is in Punjab so onanu regular mil jande but they don't spend all of their holidays in the pind so o kadi karputhle aa janage kadi jalandhar te fir most of the time in chandigarh chalo oh yo zaruri apne I think tade parents nu sara credit janda jinan tanu jodya rakhe hai taaki tusi ajj vi jode ho te hopefully generations agge vi apne tarike na judiyan rehn ke ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਐਂਡ ਆਈ ਹੋਪ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗਿਆ ਹੋਏਗਾ ਇਹ ਸੁਣ ਕੇ ਕਿ ਵੀ ਦੂਰ ਬੈਠੇ ਨੇ ਪਰ ਅੱਜ ਵੀ ਪੰਜਾਬ ਦਾ ਖਿਆਲ ਹੈਗਾ ਐਂਡ ਮਦਦ 'ਤੇ ਆ ਰਹੇ ਨੇ ਐਂਡ ਆਮ ਸ਼ੋਰ ਤੁਹਾਡੇ ਨਾਲ ਹੋਰ ਵੀ ਬੜੇ ਪੰਜਾਬੀ ਹੋਣਗੇ ਜੋ ਇਸ ਤਰ੍ਹਾਂ ਲੋੜ ਪੈਣ 'ਤੇ ਸਹੀ ਜਗ੍ਹਾ ਮਦਦ ਕਰ ਰਹੇ ਨੇ ਬਿਲਕੁਲ ਸਾਡੇ ਨਾਲ ਮੈਂ ਕਹਿਣਾ ਚਾਹੁੰਦਾ ਸੈਂਟਰਲ ਗੁਰਦੁਆਰਾ ਖਾਲਸਾ ਜਥਾ ਇਹਨਾਂ ਦੇ ਨਾਲ ਅਪੀਲ ਕੀਤੀ ਪੰਜਾਬੀ ਚੈਂਬਰਸ ਆਫ ਕਾਮਰਸ ਨਿਊਯਾਰਕ ਤੋਂ ਗੁਰਪ੍ਰੀਤ ਸਿੰਘ ਪ੍ਰਸ਼ੀਤਾ ਮਿਸਟਰ ਬਸੀਨ ਬਾਬਾ ਬਸੀਨ ਇਹਨਾਂ ਨੇ ਸਾਰੇ ਯਾਰਾਂ ਦੋਸਤਾਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਦੇ ਆਲਵੇਜ਼ ਪੀਪਲ ਆਰ ਪੰਜਾਬੀਜ਼ ਆਰ ਦੇਅਰ ਟੂ ਬੀ ਕਾਊਂਟਡ ਔਨ These are just a few names I've mentioned and there's a big infrastructure behind Peter Verdi that makes this happen. ਜ਼ਰੂਰ ਐਂਡ ਅਸੀਂ ਉਮੀਦ ਕਰਦੇ ਹਾਂ ਕਿ ਅੱਗੋਂ ਐਂਟਰਪ੍ਰਨਿਓਰਸ਼ਿਪ ਵਿੱਚ ਵੀ ਮੇ ਬੀ ਅਸੀਂ ਕੁਝ ਜੁਆਇਨ ਕਰਕੇ ਅੱਜ ਦੇ ਨੌਜਵਾਨ ਨੂੰ ਐਂਡ ਤੁਹਾਡੀਆਂ ਸਟੋਰੀਜ਼ ਲਾਈਫ ਸਟੋਰੀਜ਼ ਇੰਸਪੀਰੇਸ਼ਨ ਮੈਸੇਜਸ ਵੀ ਸ਼ੇਅਰ ਕਰਾਂਗੀ ਤਾਂ ਕਿ ਉਹ ਵੀ ਦੇਖਣ ਔਰ ਯੂ ਨੋ ਤੁਹਾਡਾ ਸਪੋਰਟ ਹੋਏਗਾ ਅਤੇ ਉਹ ਵੀ ਅੱਗੇ ਵੱਡੇ ਵੱਡੇ ਸਪਤੇ ਲੈਣ ਐਂਡ ਸਾਡੇ ਪੰਜਾਬ ਤੋਂ ਹੋਰ ਬੜੇ ਬਿਲ ਗੇਟਸ ਬਣਨ ਬਿਲਕੁਲ ਬਿਲਕੁਲ ਮੇਰੀ ਇਹੀ ਅਰਦਾਸ ਹੈ ਅਤੇ ਕਿਸੇ ਟਾਈਮ ਵੀ ਮੈਂ ਕਰ ਸਕਦਾ ਇਫ ਯੂ ਵਾਂਟ ਟੂ ਡੂ ਅ ਲਾਈਵ ਸੈਸ਼ਨ ਐਂਡ ਓਪਨ ਇਟ ਅਪ ਟੂ ਯੋਰ ਵਿਊਅਰਸ ਆਈਲ ਬੀ ਮੋਰ ਦੈਨ ਹੈਪੀ ਟੂ ਹੈਵ ਕੁਐਸਚਨਸ ਆਸਕਡ ਟੂ ਮੀ ਐਂਡ
जी बिल्कुल वंस है, थोड़ा जा कोविड दा थोड़ा जा ठीक हो जाए एंड सा आराम ना लाना शुरू हो जाए तो जरूर असी नौजवानों लिए स्पेशल सेशन जरूर रखांगे। जरूर जी।